ਕਰੋਨਾ ਦੀ ਮਾਰ ਤੋਂ ਹਲੇ ਦੁਨੀਆ ਨਿਕਲੀ ਨਹੀਂ ਸੀ ਤੇ ਹੁਣ ਇੱਕ ਹੋਰ ਵੱਡੀ ਬਿਮਾਰੀ ਚੀਨ ਦੇ ਵਿੱਚੋਂ ਹੀ ਫੈਲ ਗਈ ਹੈ ਜਿਸ ਤੋਂ ਬਾਅਦ WHO ਦੇ ਵੱਲੋਂ ਸਾਰੀ ਦੁਨੀਆ ਨੂੰ ਅਲਰਟ ਜਾਰੀ ਕਰ ਦਿੱਤਾ ਗਿਆ ਔਰ ਨਾਲ ਹੀ ਨਾਲ ਭਾਰਤ ਦੇ ਵੱਲੋਂ ਵੀ ਭਾਰਤ ਦੇ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਔਰ ਰਾਜ ਦੀਆਂ ਸਰਕਾਰਾਂ ਨੂੰ ਸੂਬਿਆਂ ਦੀਆਂ ਸਰਕਾਰਾਂ ਨੂੰ ਆਪਣੇ ਆਪਣੇ ਹਸਪਤਾਲ ਜਿਹੜੇ ਆ ਉਹ ਰੈਡੀ ਕਰਨ ਦੇ ਆਦੇਸ਼ ਜਿਹੜੇ ਆ ਉਹ ਕਰ ਦਿੱਤੇ ਗਏ ਆ ਜਾਰੀ ਔਰ ਕਿਹੜੀ ਇਹ ਬਿਮਾਰੀ ਹੈ ਕੀ ਕੁਝ ਇਸ ਸੰਬੰਧੀ ਪੂਰੀ ਜਾਣਕਾਰੀ ਹੈ ਉਹ ਤੁਹਾਨੂੰ ਦੱਸਾਂਗੇ ਬਹੁਤ ਹੀ ਅਹਿਮ ਖਬਰ ਹੈ ਕਿਉਂਕਿ ਬਹੁਤ ਵੱਡੀ ਕਰੋਨਾ ਮਹਾਂਮਾਰੀ ਆਈ ਸੀ ਔਰ ਬਹੁਤ ਵੱਡੀ ਇਹ ਵੀ ਬਿਮਾਰੀ ਜਿਹੜੀ ਹੈ ਦੱਸੀ ਜਾ ਰਹੀ ਹੈ ਬਿਮਾਰੀ ਕੀ ਹੈ ਕਿਹਨਾਂ ਨੂੰ ਜ਼ਿਆਦਾ ਚਪੇਟ ਦੇ ਵਿੱਚ ਲੈਂਦੀ ਹੈ ਇਸ ਪੂਰੇ ਮਸਲੇ 'ਤੇ ਗੱਲਬਾਤ ਜਿਹੜੀ ਆ ਉਹ ਕਰਨੀ ਹੈ WHO ਕੀ ਕਹਿੰਦਾ ਭਾਰਤ ਸਰਕਾਰ ਕੀ ਕਹਿੰਦੀ ਹੈ ਚੀਨ ਕੀ ਕਹਿੰਦਾ ਸਾਰੀ ਗੱਲਬਾਤ ਕਰਾਂਗੇ ਉੱਧਰ ਨਾਲ ਹੀ ਨਾਲ ਗੱਲਬਾਤ ਜਿਹੜੀ ਹੈ ਕਰਾਂਗੇ ਕਿ ਇੱਕ ਵਾਰ ਫਿਰ ਦੇਸ਼ ਦੇ ਵਿੱਚ ਕਿਸਾਨਾਂ ਦਾ ਵੱਡਾ ਮੋਰਚਾ ਲੱਗਣ ਜਾ ਰਿਹਾ ਇਹ ਮੋਰਚਾ ਹੁਣ ਦਿੱਲੀ ਦੀਆਂ ਬਰੂਹਾਂ 'ਤੇ ਲੱਗੇਗਾ ਜਾਂ ਫਿਰ ਚੰਡੀਗੜ੍ਹ ਅਤੇ ਪੰਜਾਬ ਦੀਆਂ ਬਰੂਹਾਂ 'ਤੇ ਲੱਗੇਗਾ ਇਸ 'ਤੇ ਅਸੀਂ ਗੱਲਬਾਤ ਜਿਹੜੀ ਆ ਉਹ ਕਰਾਂਗੇ ਮੰਗਾਂ ਕੀ ਨੇ ਔਰ ਨਾਲ ਹੀ ਨਾਲ ਤੁਹਾਨੂੰ ਦੱਸਾਂਗੇ ਕਿ ਹੁਣ ਅੱਗੇ ਇਹਦੇ ਵਿੱਚ ਕੀ ਹੋ ਸਕਦਾ ਔਰ ਉੱਧਰ ਸੁਲਤਾਨਪੁਰ ਲੋਧੀ ਦੇ ਵਿੱਚ ਜਿਹੜਾ ਗੁਰਦੁਆਰਾ ਅਕਾਲੀ ਬੁੰਗਾ ਸਾਹਿਬ ਦੇ ਵਿੱਚ ਜਿਹੜਾ ਗੋਲੀਕਾਂਡ ਹੋਇਆ ਸੀਗਾ ਉਹਦੇ ਵਿੱਚ ਕਹਿੰਦੇ ਪੁਲਿਸ ਨੇ ਕੁਝ ਪੱਤਰਕਾਰ ਵੀ ਕੁੱਟੇ ਕਈਆਂ ਦੇ ਕਹਿੰਦੇ ਹੱਥਾਂ ਦੀਆਂ ਉਂਗਲਾਂ ਟੁੱਟ ਗਈਆਂ ਔਰ ਉਸ ਸੰਬੰਧ ਦੇ ਵਿੱਚ ਅਕਾਲੀ ਦਲ ਮੰਗ ਕਰ ਰਿਹਾ ਕਿ ਦੋਸ਼ੀਆਂ ਦੇ ਉੱਪਰ ਦੋਸ਼ੀ ਪੁਲਿਸ ਅਧਿਕਾਰੀਆਂ ਦੇ ਉੱਪਰ FIR ਦਰਜ ਹੋਵੇ ਉੱਧਰ ਭਗਵੰਤ ਮਾਨ ਦੇ ਖਿਲਾਫ਼ ਵੀ ਗੁਰਦੁਆਰਾ ਸਾਹਿਬ ਦੇ ਉੱਪਰ ਕਾਰਵਾਈ ਕਰਨ ਦੇ ਔਰ ਇਲਜ਼ਾਮ ਲਾ ਰਹੀ ਹੈ ਔਰ ਬੇਅਦਬੀ ਦੇ ਇਲਜ਼ਾਮ ਲਾ ਰਹੀ ਹੈ ਗੋਲੀਕਾਂਡ ਦੇ ਇਲਜ਼ਾਮ ਰਹੀ ਹੈ ਉਹਨਾਂ 'ਤੇ ਵੀ ਕਾਰਵਾਈ ਕਰਨ ਦੇ ਜਿਹੜੀ ਮੰਗ ਕੀਤੀ ਜਾ ਰਹੀ ਹੈ ਇਹਦੇ ਵਿੱਚ ਜਥੇਦਾਰ ਸਾਹਿਬ ਔਰ ਨਾਲ ਹੀ ਨਾਲ ਅਕਾਲੀ SGPC ਦੇ ਜਿਹੜੇ ਪ੍ਰਧਾਨ ਨੇ ਉਹਨਾਂ ਦੇ ਵੱਲੋਂ ਵੀ ਜਿਹੜੇ ਵੱਡੇ ਬਿਆਨ ਸਾਹਮਣੇ ਆਏ ਯਾਨੀ ਹੁਣ ਸਿਰਫ ਅਕਾਲੀ ਦਲ ਨਹੀਂ ਸਗੋਂ ਦੀ ਪੰਥਕ ਜਥੇਬੰਦੀਆਂ ਇਸ ਪੂਰੇ ਮਸਲੇ ਚੁੱਕ ਰਹੀਆਂ ਸਾਰੀਆਂ ਖਬਰਾਂ 'ਤੇ ਗੱਲਬਾਤ ਕਰਾਂਗੇ ਮੇਰੇ ਨਾਲ ਮੌਜੂਦ ਨੇ ਡਾਕਟਰ ਹਰਵਿੰਦਰ ਸਿੰਘ ਭੱਟੀ ਸਾਹਿਬ ਸਭ ਤੋਂ ਪਹਿਲਾਂ ਮੈਂ ਸਵਾਗਤ ਕਰੂੰ ਭੱਟੀ ਸਾਹਿਬ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਸ਼ੁਕਰੀਆ ਸੁਖਵਿੰਦਰ ਜੀ ਸਤਿ ਸ਼੍ਰੀ ਅਕਾਲ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੱਟੀ ਸਾਹਿਬ ਬਹੁਤ ਮੰਦਭਾਗੀ ਖਬਰ ਹੈ ਬਹੁਤ ਇੱਕ ਮਾੜੀ ਖਬਰ ਹੈ ਸਿਰਫ ਆਪਣੇ ਵਾਸਤੇ ਨਹੀਂ ਸਿਰਫ ਆਪਣੇ ਦੇਸ਼ ਵਾਸਤੇ ਨਹੀਂ ਪੂਰੀ ਦੁਨੀਆ ਦੇ ਵਾਸਤੇ ਕਹਿੰਦੇ ਕਿ ਚੀਨ ਦੇ ਵਿੱਚ ਇੱਕ ਹੋਰ ਖਤਰਨਾਕ ਬਿਮਾਰੀ ਜਿਹੜੀ ਕਹਿੰਦੇ ਤੇਜ਼ੀ ਦੇ ਨਾਲ ਫੈਲ ਗਈ ਹੈ ਔਰ ਹਾਲਾਂਕਿ WHO ਨੇ ਇਹ ਕਹਿਣ ਤੋਂ ਕਤਰਾਇਆ ਕਿ ਇਹ ਮਹਾਂਮਾਰੀ ਹੋਏਗੀ ਜਾਂ ਨਹੀਂ ਹੋਏਗੀ ਉਹਨਾਂ ਨੇ ਕਿਉਂਕਿ ਚੀਨ ਤੋਂ ਜਾਣਕਾਰੀ ਮੰਗੀ ਹੈ ਔਰ ਜਦੋਂ ਚੀਨ ਜਾਣਕਾਰੀ ਦੇਵੇਗਾ ਉਸ ਤੋਂ ਬਾਅਦ ਉਹ ਡਿਸਾਈਡ ਕਰਨਗੇ ਕਿ ਇਹ ਮਹਾਂਮਾਰੀ ਹੈ ਜਾਂ ਨਹੀਂ ਪਰ WHO ਨੇ ਇਹ ਗੱਲ ਕਹੀ ਹੈ ਕਿ ਬੜੀ ਖਤਰਨਾਕ ਬਿਮਾਰੀ ਹੈ ਔਰ WHO ਨੇ ਪੂਰੀ ਦੁਨੀਆ ਨੂੰ ਅਲਰਟ ਕਰ ਦਿੱਤਾ ਔਰ ਭਾਰਤ ਦੀ ਸਰਕਾਰ ਦੇ ਵੱਲੋਂ ਵੀ ਭਾਰਤ ਦੇ ਪੂਰੇ ਦੇ ਵਿੱਚ ਅਲਰਟ ਜਾਰੀ ਕਰ ਦਿੱਤਾ ਔਰ ਸੂਬਿਆਂ ਦੀਆਂ ਸਰਕਾਰਾਂ ਨੂੰ ਅਲਰਟ ਜਾਰੀ ਕਰ ਦਿੱਤਾ ਔਰ ਨਾਲ ਹੀ ਨਾਲ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਹੈ ਕਿ ਹਸਪਤਾਲ ਦਵਾਈਆਂ ਡਾਕਟਰ ਸਾਰਾ ਕੁਝ ਰੈਡੀ ਰਹਿਣ ਕਿਸੇ ਵੀ ਸਮੇਂ ਕੁਝ ਵੀ ਹੋ ਸਕਦਾ ਹੈ ਕਿਵੇਂ ਦੇਖਦੇ ਹੋ ਇਸ ਪੂਰੀ ਚੀਜ਼ ਨੂੰ ਕੀ ਕੁਝ ਜਾਣਕਾਰੀ ਇਸ ਸੰਬੰਧੀ ਸੁਖਵਿੰਦਰ ਜੀ ਗੱਲ ਇਹ ਹੈ ਕਿ ਪਹਿਲਾਂ ਵੀ ਕੋਵਿਡ ਦਾ ਵੀ ਚੀਨ ਦੇ ਵਿੱਚੋਂ ਓਰੀਜਨ ਹੋਇਆ ਸੀ ਇਹ ਬੜੀ ਸਟ੍ਰੇਂਜ ਜਿਹੀ ਗੱਲ ਹੈ ਉੱਥੋਂ ਜਿਹੜੀ ਖਬਰਾਂ ਆ ਰਹੀਆਂ ਨੇ ਉਹ ਡਰਾਉਣ ਵਾਲੀਆਂ ਨੇ ਕਿ 1200 ਦੇ ਲਗਭਗ ਜਿਹੜੇ ਬੱਚੇ ਨੇ ਉਹ ਦਾਖਲ ਹੋ ਚੁੱਕੇ ਨੇ ਤੇ ਰੋਜ਼ਾਨਾ ਹੀ ਉਹਨਾਂ ਦੇ ਆ ਰਹੇ ਨੇ 23 ਨਵੰਬਰ ਤੋਂ ਇਹ ਸ਼ੁਰੂ ਹੋਈ ਹੈ ਬੱਚਿਆਂ ਨੂੰ ਮਤਲਬ ਫੇਫੜਿਆਂ ਦੇ ਵਿੱਚ ਇਨਫੈਕਸ਼ਨ ਹੋ ਜਾਂਦੀ ਹੈ ਤੇ ਉਹ ਕਹਿੰਦੇ ਜੀ ਮਿਸਟੀਰੀਅਸ ਹੈ ਸਾਨੂੰ ਪਤਾ ਨਹੀਂ ਹੈ ਡੈਥਸ ਦੀ ਅਜੇ ਪੂਰੀ ਰਿਪੋਰਟ ਨਹੀਂ ਆਈ ਕਿ ਕਿੰਨੀਆਂ ਹੋਈਆਂ ਮਰੀਜ਼ ਰੋਜ਼ ਆ ਰਹੇ ਨੇ ਤੇ ਇਹ ਇੱਕ ਕਿਸਮ ਦੀ ਜਿਵੇਂ ਖੰਘ ਜਾਂ ਉਸ ਕਿਸਮ ਦੀ ਨਾਲ ਤੇਜ਼ ਬੁਖਾਰ ਹੋ ਜਾਂਦਾ ਉਸ ਤਰ੍ਹਾਂ ਦੀ ਬਿਮਾਰੀ ਹੈ ਅੱਛਾ ਹੁਣ ਕਿਉਂਕਿ ਇਹਨੂੰ ਸ਼ਾਇਦ H9 ਤੇ N2 ਦਾ ਨਾਂ ਅਜੇ ਉਹ ਦੇ ਰਹੇ ਨੇ ਪਰ ਅਜੇ ਚਾਈਨਾ ਨੇ ਬਾਹਰ ਕੋਈ ਖਬਰ ਜ਼ਿਆਦਾ ਨਹੀਂ ਕੱਢੀ ਵਰਲਡ ਹੈਲਥ ਔਰਗਨਾਈਜੇਸ਼ਨ ਨੇ ਤੇ ਜਿਹੜੇ ਵੈਸਟਰਨ ਕੰਟਰੀਜ਼ ਨੇ ਉਹਨਾਂ ਦੇ ਵਿੱਚ ਵੀ ਅਲਰਟ ਹੋ ਗਈ ਹੈ ਆਪਣੇ ਮੁਲਕ ਦੇ ਵਿੱਚ ਵੀ ਉਹਨਾਂ ਨੇ ਕਿਹਾ ਕਿ ਭਾਈ ਹਸਪਤਾਲ ਸਾਰੇ ਅਪਡੇਟਡ ਰੱਖੋ ਕੋਈ ਪਤਾ ਨਹੀਂ ਹੈ ਇਹ ਬਿਮਾਰੀ ਕਿਸ ਟਾਈਪ ਦੀ ਹੈ ਕਦੋਂ ਆ ਜਾਵੇ ਕਿੱਧਰੋਂ ਆ ਜਾਵੇ ਸੋ ਇਹ ਇੱਕ ਆਸਪੈਕਟ ਹੈਗਾ ਜਿਹੜਾ ਹਾਈਲਾਈਟ ਕੀਤਾ ਜਾ ਰਿਹਾ ਬਹੁਤ ਜ਼ਿਆਦਾ ਪਰ ਕਿਉਂਕਿ ਕੋਵਿਡ ਦੇ ਜਿਹੜੇ ਐਕਸਪੀਰੀਅੰਸ ਨੇ ਲੋਕਾਂ ਦੇ ਉਹਨਾਂ ਦੇ ਵਿੱਚੋਂ ਜੋ ਬਾਅਦ ਦੇ ਵਿੱਚ ਵੈਕਸੀਨੇਸ਼ਨ ਦੇ ਰਿਜ਼ਲਟ ਨਿਕਲ ਕੇ ਆਏ ਨੇ ਉਹਦੇ ਤੋਂ ਬੜੇ ਖਤਰੇ ਲੱਗ ਰਹੇ ਨੇ ਕਿ ਇਹ ਬੇਸਿਕਲੀ ਕਿਤੇ ਹੋਰ ਉੱਦਾਂ ਦਾ ਹੀ ਮਤਲਬ ਇੱਕ ਬਿਮਾਰੀ ਦਾ ਪ੍ਰਚਾਰ ਕਰਕੇ ਲੋਕਾਂ ਨੂੰ ਡਰਾ ਕੇ ਪੈਰਾਲਾਈਜ਼ ਕਰਕੇ ਉਹਦੀ ਇਮਿਊਨਿਟੀ ਘਟਾ ਕੇ ਨਾ ਉਹਨਾਂ 'ਤੇ ਹਮਲਾ ਕਰਨ ਦੀ ਹੋਵੇ ਉਹਨੂੰ ਯਾਦ ਹੋਣਾ ਕਿ ਜਦੋਂ ਕੋਵਿਡ ਦਾ ਐਂਡ ਪੁਆਇੰਟ ਸੀ ਤਾਂ ਇਹ ਵੀ ਕਿਹਾ ਗਿਆ ਸੀ ਕਿ ਸ਼ਾਇਦ ਹੁਣ ਜਿਹੜਾ ਕੋਵਿਡ ਅਗਲਾ ਆ ਰਿਹਾ ਹੈ ਕਿ ਉਹ ਬੱਚਿਆਂ ਲਈ ਆਵੇ ਇਹ ਹੁਣ ਪਤਾ ਨਹੀਂ ਇਹ ਬਿਮਾਰੀਆਂ ਪੈਦਾ ਕੀਤੀਆਂ ਜਾਂਦੀਆਂ ਨੇ ਜਾਂ ਖੁਦ ਹੁੰਦੀਆਂ ਨੇ ਕਿਹਨਾਂ ਦਾ ਪਹਿਲਾਂ ਹੀ ਪਤਾ ਲੱਗ ਜਾਂਦਾ ਕਿ ਜੇ 60 ਸਾਲ ਤੋਂ ਉੱਪਰ ਵਾਲਿਆਂ ਨੂੰ ਹੋਊਗੀ ਇਹ ਇੰਨੇ ਸਾਲ ਤੋਂ ਘੱਟ ਵਾਲਿਆਂ ਨੂੰ ਹੋਊਗੀ
ਉਹ ਜਿਹੜੀ ਉਹਦੀ ਵੈਕਸੀਨੇਸ਼ਨ ਹੈ ਉਹਦੇ ਪਿੱਛੇ ਆਪਾਂ ਨੂੰ ਪਤਾ ਹੈ ਜੋ ਵਪਾਰ ਹੋਇਆ, ਚਾਹੇ ਉਹ ਮਡੇਰਨਾ ਸੀ, ਚਾਹੇ ਉਹ ਫਾਈਜ਼ਰ ਸੀ, ਚਾਹੇ ਉਹ ਆਪਣੀ ਇੰਡੀਆ ਦੀ ਸੀ, ਉਹਦੇ ਪਿੱਛੇ ਜੋ ਕੁਛ ਤਬਾਹੀ ਹੋਈ। ਪਰ ਜਿਸ ਤਰ੍ਹਾਂ ਲੋਕਡਾਊਨ ਲਾਏ ਗਏ, ਜਿਸ ਤਰ੍ਹਾਂ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਸਾਰੀ ਦੁਨੀਆ ਬੰਦ ਕਰਕੇ ਰੱਖਤੀ ਸੀ, ਪਰ ਇੱਥੋਂ ਤੱਕ ਕਿ ਜੇ ਕੋਈ ਸਵਾਲ ਕਰਦਾ ਸੀ ਮਾੜਾ ਮੋਟਾ ਤਾਂ ਉਹਨਾਂ ਦੀਆਂ ਯੂਟਿਊਬ ਵੀ ਬੰਦ ਕਰਤੀਆਂ ਸੀ। ਆਪਣੇ ਇੱਥੇ ਅਮਰ ਆਜ਼ਾਦ ਹੁੰਦੇ ਸੀ, ਡਾਕਟਰ ਸਵਰੂਪ ਚੌਧਰੀ ਸੀ। ਸੋ ਇਹ ਇੱਕ ਵਾਰ ਫੇਰ ਮੇਰਾ ਖਿਆਲ ਹੈ ਕਿ ਉਧਰਲੇ ਪਾਸੇ ਨੂੰ ਜਾ ਰਹੇ ਹਾਂ। ਪਿਛਲੇ ਦਿਨੀ ਵਰਲਡ ਇਕਨੋਮਿਕ ਫੋਰਮ ਦੀ ਜਿਹੜੀ ਮੇਨ ਸਪੀਕਰ ਸੀਗੀ, ਉਹਨਾਂ ਦੀ ਜੇਨ ਗੋਡੋਲ, ਉਹ ਬਾਰ ਬਾਰ ਕਹਿ ਰਹੇ ਨੇ ਕਿ ਡੀਪਾਪੂਲੇਟ ਕਰਨ ਦੀ ਲੋੜ ਹੈ ਦੁਨੀਆ ਨੂੰ। ਵਰਲਡ ਹੈਲਥ ਆਰਗੇਨਾਈਜੇਸ਼ਨ ਦਾ ਬੜਾ ਪੁਰਾਣਾ ਪ੍ਰੋਗਰਾਮ ਹੈ ਕਿ ਪਾਪੂਲੇਸ਼ਨ ਪ੍ਰੋਬਲਮ ਹੈ ਆਪਣੇ ਆਪ 'ਚ, ਇਸ ਕਰਕੇ ਇਹਨੂੰ ਘਟਾਇਆ ਜਾਵੇ, ਖਾਸ ਕਰਕੇ ਜਿਹੜੇ ਨੋਨ ਪ੍ਰੋਡਕਟਿਵ ਨੇ, ਜਿਹੜੇ ਏਜਡ ਬੰਦੇ ਨੇ, ਬਿਮਾਰ ਨੇ, ਉਹਨਾਂ ਨੂੰ ਖਤਮ ਕਰ ਦਿੱਤਾ ਜਾਵੇ। ਪਰ ਜਦੋਂ ਡਾਟਾ ਚੈੱਕ ਕੀਤਾ ਗਿਆ ਸੀ, ਕੋਵਿਡ ਨਾਲ ਜਿੰਨੀਆਂ ਡੈਥਸ ਹੋਈਆਂ ਨੇ, ਨੋਰਮਲ ਜਿਹੜਾ ਡੈਥ ਰੇਟ ਹੈ ਉਹਦੇ 'ਚ ਕੋਈ ਫਰਕ ਨਹੀਂ ਸੀ ਆਇਆ। ਸਾਰੇ ਜਿਹੜੇ ਡਾਕਟਰ ਸਾਹਿਬ, ਇਹ ਇਨਫਲੂਐਂਜ਼ਾ ਬਿਮਾਰੀ ਜਿਹੜੀ ਹੈ, ਥੋੜ੍ਹੀ ਜਿਹੀ ਇਸ ਬਿਮਾਰੀ ਦੀ ਜੇ ਗੱਲ ਕਰੀਏ, ਕਹਿੰਦੇ ਕਿ ਬਿਮਾਰੀ ਜਿਹੜੀ ਹੈ ਇਹ ਜ਼ਿਆਦਾਤਰ ਬੱਚਿਆਂ ਨੂੰ ਆਪਣੇ ਚਪੇਟ ਦੇ ਵਿੱਚ ਲੈ ਰਹੀ ਹੈ, ਔਰ ਕਹਿੰਦੇ ਕਿ ਸਾਹ ਲੈਣ ਦੇ ਵਿੱਚ ਦਿੱਕਤ ਹੋ ਰਹੀ ਹੈ, ਔਰ ਚੀਨ ਦੇ ਵਿੱਚ ਕਹਿੰਦੇ ਕਿ ਬਹੁਤ ਵੱਡੇ ਪੱਧਰ ਦੇ ਉੱਪਰ ਨਿਮੋਨੀਆ ਵੀ ਹੋ ਰਿਹਾ ਬੱਚਿਆਂ ਨੂੰ, ਔਰ ਉੱਥੇ ਬੈੱਡ ਤੱਕ ਨਹੀਂ ਜਿਹੜੇ ਆ ਉਹ ਮਿਲ ਰਹੇ, ਔਰ ਕਹਿੰਦੇ ਕਿ ਬੱਚਿਆਂ ਇਹ ਵੀ ਗੱਲ ਹੈਗੀ ਆ ਜਿੱਥੇ ਕਿ ਬੱਚਿਆਂ ਨੂੰ ਚਪੇਟ ਦੇ ਵਿੱਚ ਲੈ ਰਹੀ ਹੈ, ਔਰ ਇਹ ਵੀ ਹਾਲੇ ਸਾਫ਼ ਨਹੀਂ ਹੈ ਕਿ ਇਹ ਸਿਰਫ ਬੱਚਿਆਂ ਤੱਕ ਹੀ ਸੀਮਤ ਹੈ ਜਾਂ ਫਿਰ ਅੱਗੇ ਵੀ ਵਧੇਗੀ। ਯਾਨੀ ਤਿਆਰੀਆਂ ਕਰਨ ਨੂੰ ਕਹਿ ਦਿੱਤੀਆਂ ਗਈਆਂ ਨੇ ਪੂਰੀ ਦੁਨੀਆ ਨੂੰ, ਕਿਵੇਂ ਦੇਖਦੇ ਹੋ? ਜੀ, ਚਾਈਨਾ 'ਚ ਸਕੂਲ ਬੰਦ ਕਰ ਦਿੱਤੇ ਗਏ ਨੇ ਇਸੇ ਕਰਕੇ, ਇਸ ਵਜ੍ਹਾ ਦੇ ਨਾਲ ਹੀ। ਪਰ ਇਹ ਹੈ ਕਿ ਅਜੇ ਕੋਈ ਸਪਸ਼ਟ ਨਹੀਂ ਹੈ ਗੱਲ। ਦੇਖੋ, ਨੋਰਮਲ ਇਹ ਹੈ ਕਿ ਜਿਹੜਾ ਇਹ ਮੰਥ ਹੁੰਦੇ ਨੇ ਆਪਣੇ ਚੇਂਜ ਵਾਲੇ ਮੰਥ ਨੇ, ਜਿਹੜੇ ਉਹ ਕਹਿੰਦੇ ਜੀ ਮਾਰਚ ਤੱਕ ਇਹ ਚੱਲੂਗੀ, ਅਜੇ ਇਹ ਚੇਂਜ ਵਾਲੇ ਮੰਥ ਨੇ ਜਿਹੜੇ ਨੋਰਮਲੀ, ਇਹ ਜਿਹੜੇ ਪਹਿਲੇ ਫਲੂ ਹੈਗੇ ਨੇ ਉਹਨਾਂ ਦੇ ਹੀ ਨੇ। ਜਿਵੇਂ ਇਨਫਲੂਐਂਜ਼ਾ ਫਾਰ ਇੰਸਟਾਂਸ, ਜਦੋਂ ਕੋਵਿਡ ਦੇ ਦੌਰਾਨ ਸਾਰੀਆਂ ਮਤਲਬ ਡੈਥ ਰਿਪੋਰਟ ਹੋਈਆਂ, ਤਾਂ ਇਨਫਲੂਐਂਜ਼ੇ ਦੇ ਨਾਲ ਕੋਈ ਡੈਥ ਨਹੀਂ ਹੋਈ, ਉਹ ਸਾਰੀਆਂ ਕੋਵਿਡ ਦੇ ਵਿੱਚ ਆ ਗਈਆਂ ਸੀ। ਇਹ ਦੋ ਹਿੱਸੇ ਨੇ ਇਹਦੇ, ਇੱਕ ਤਾਂ ਬਿਮਾਰੀ ਹੈ, ਖਤਰੇ ਵਾਲੀ ਗੱਲ ਹੈ, ਡਰਨ ਦੀ ਵੀ ਲੋੜ ਹੈ, ਪ੍ਰਿਕੋਸ਼ਨ ਦੀ ਵੀ ਲੋੜ ਹੈ। ਦੂਜੀ ਚੀਜ਼ ਇਹ ਹੈ ਕਿ ਬਿਮਾਰੀਆਂ ਹੁਣ ਬਹੁਤ ਜ਼ਿਆਦਾ ਵੱਡੇ ਪੱਧਰ ਦੇ ਉੱਪਰ ਪੋਲੀਟੀਸਾਈਜ਼ ਵੀ ਹੋ ਰਹੀਆਂ ਨੇ, ਔਰ ਉਹਨਾਂ ਨੂੰ ਫਾਰਮਾਸੂਟੀਕਲ ਅੰਪਾਇਰ ਯੂਜ਼ ਵੀ ਕਰ ਰਿਹਾ ਕਿ ਦਵਾਈਆਂ ਸੀਮਤ ਹੋ ਜਾਂਦੀਆਂ ਨੇ। ਪਰ ਚਾਈਨਾ ਦੇ ਵਿੱਚੋਂ ਮਤਲਬ ਇਹ ਹੈ ਕਿ ਇਹ ਅਜੇ ਖਬਰਾਂ ਨਹੀਂ ਕਲੀਅਰ ਆ ਰਹੀਆਂ। ਸਕੂਲ ਉਹਨਾਂ ਨੇ ਬੰਦ ਕਰਤੇ ਨੇ, 23 ਨਵੰਬਰ ਤੋਂ ਹੀ ਸ਼ੁਰੂ ਹੋਈ ਹੈ। ਫੇਫੜਿਆਂ ਦੀ ਇਨਫੈਕਸ਼ਨ ਹੈ, ਖੰਘ ਬੁਖਾਰ ਉਹਦੇ ਨਾਲ ਹੁੰਦਾ ਹੈ, ਤੇ ਸਾਹ ਲੈਣ 'ਚ ਦਿੱਕਤ ਆਉਂਦੀ ਹੈ। ਇਹ ਹੁਣ ਇਹ ਦੇਖਣ ਵਾਲੀ ਗੱਲ ਹੋਊਗੀ ਕਿ ਕੀ ਅਸੀਂ ਜਿਹੜੀਆਂ ਨੋਰਮਲ ਬਿਮਾਰੀਆਂ ਫਲੂ ਇਹਨਾਂ ਦਿਨਾਂ 'ਚ ਪੈਦਾ, ਉਹਨਾਂ ਨੂੰ ਮਹਾਂਮਾਰੀਆਂ ਡਿਕਲੇਅਰ ਕਰਾਂਗੇ, ਜਾਂ ਉਹਨਾਂ ਨੂੰ ਉਹਨਾਂ 'ਚ ਕੋਈ ਛੇੜਛਾੜ ਕਰਕੇ ਉਸ ਵਾਇਰਸ ਦੇ ਨਾਲ, ਉਹ ਵਾਇਰਸ ਨੇ ਜਿਹੜੇ, ਸ਼ਾਇਦ ਇਹ ਹੋ ਸਕਦਾ ਹੈ ਕਿ ਪਹਿਲੀਆਂ ਦਵਾਈਆਂ ਤੋਂ ਉਹ ਰੈਜ਼ਿਸਟੈਂਟ ਹੋ ਜਾਂਦੇ ਹੋਣ, ਜਿਸ ਤਰ੍ਹਾਂ ਐਂਟੀਬਾਇਓਟਿਕ ਨਾਲ ਹੋ ਜਾਂਦਾ ਹੈ। ਇਹ ਚੀਜ਼ਾਂ ਆਉਣ ਵਾਲੇ ਦਿਨਾਂ 'ਚ ਸਾਹਮਣੇ ਆਉਣਗੀਆਂ, ਪਰ ਇਹ ਹੈ ਖਤਰਾ ਖੜਾ ਜ਼ਰੂਰ ਹੋ ਗਿਆ ਬੱਚਿਆਂ ਦੇ ਲਈ ਖਾਸ ਕਰਕੇ। ਚਲੋ, ਪਰਮਾਤਮਾ ਮਿਹਰ ਕਰੇ ਪੂਰੀ ਦੁਨੀਆ ਦੇ ਉੱਪਰ, ਕਿਉਂਕਿ ਪਹਿਲਾਂ ਬਹੁਤ ਵੱਡੇ ਪੱਧਰ 'ਤੇ ਘਾਟੇ, ਚਾਹੇ ਉਹ ਮਾਲੀ ਤੌਰ 'ਤੇ, ਚਾਹੇ ਜਾਨੀ ਤੌਰ 'ਤੇ, ਚਾਹੇ ਹੋਰ ਬਹੁਤੇ ਤਰੀਕੇ ਦੇ ਨਾਲ ਪੂਰੀ ਦੁਨੀਆ ਨੇ ਕਰੋਨਾ ਦੇ ਕਰਕੇ ਜਿਹੜੇ ਆ ਘਾਟੇ ਝੱਲੇ ਆ, ਔਰ ਪਰਮਾਤਮਾ ਦੁਨੀਆ ਦੇ ਉੱਪਰ ਮਿਹਰ ਭਰੇ ਹੱਥ ਰੱਖੇ, ਔਰ ਸਾਰਾ ਕੁਝ ਠੀਕ ਠਾਕ ਰਹੇ, ਇਹੀ ਆਸ ਲੈ ਕੇ ਜਿਹੜੇ ਬੈਠੇ ਹਾਂ। ਪਰ ਇਹਤਿਆਤ ਵਰਤਣੇ ਜਿਹੜੇ ਆ ਬਹੁਤ ਜ਼ਰੂਰੀ ਹੈ, ਔਰ ਸਰਕਾਰਾਂ ਜਿਹੜੀਆਂ ਗਾਈਡਲਾਈਨ ਤੁਹਾਨੂੰ ਦਿੰਦੀਆਂ ਨੇ ਬਿਮਾਰੀ ਤੋਂ ਬਚਣ ਦੇ ਲਈ, ਉਹ ਗਾਈਡਲਾਈਨ ਦੀ ਪਾਲਣਾ ਕਰਨੀ ਜ਼ਰੂਰੀ ਹੈ, ਕਿਉਂਕਿ ਮਸਲਾ ਸਿਰਫ ਆਪਣਾ ਨਹੀਂ ਹੈ, ਮਸਲਾ ਆਪਣੇ ਆਲੇ ਦੁਆਲੇ ਦੇ ਲੋਕਾਂ ਦਾ ਵੀ ਹੈ, ਕਿਉਂਕਿ ਉਹਨਾਂ ਤੋਂ ਆਪਾਂ ਨੂੰ ਔਰ ਆਪਾਂ ਨੂੰ ਉਹਨਾਂ ਤੋਂ ਵੀ ਜਿਹੜੀ ਹੈ ਬਿਮਾਰੀ ਫੈਲ ਸਕਦੀ ਹੈ। ਹਾਲੇ ਇਹ ਸਾਫ਼ ਨਹੀਂ ਹੈ ਕਿ ਚੀਨ ਤੋਂ ਬਾਹਰ ਇਹ ਬਿਮਾਰੀ ਫੈਲੀ ਹੈ ਜਾਂ ਨਹੀਂ, ਪਰ ਅਲਰਟ ਜ਼ਰੂਰ ਜਾਰੀ ਕਰ ਦਿੱਤਾ ਗਿਆ। ਅਰਦਾਸ ਕਰਦੇ ਹਾਂ ਕਿ ਸਾਰਾ ਕੁਝ ਠੀਕ ਠਾਕ ਰਹੇ। ਚਲੋ, ਅਗਲੀ ਖਬਰ ਲੈ ਲੈਂਦੇ ਹਾਂ ਸਰ। ਇੱਕ ਵਾਰ ਫਿਰ ਵੱਡਾ ਮੋਰਚਾ ਕਹਿੰਦੇ ਲੱਗਣ ਜਾ ਰਿਹਾ, ਔਰ ਹੁਣ ਮੋਰਚਾ ਕਹਿੰਦੇ ਹਾਲੇ ਤੱਕ ਤਾਂ ਜਿਹੜਾ ਉਹ ਦਿੱਲੀ ਪਹੁੰਚਿਆ ਨਹੀਂ, ਹਾਲੇ ਤੱਕ ਤਾਂ ਜਿਹੜਾ ਚੰਡੀਗੜ੍ਹ ਅਤੇ ਪੰਜਾਬ ਦੇ ਬਾਰਡਰ 'ਤੇ ਹੀ ਹੈ, ਔਰ ਆਏ 3 ਦਿਨਾਂ ਦੇ ਲਈ ਆ। ਹੁਣ ਇਹ ਮੋਰਚਾ ਕਿਹੜੀਆਂ ਮੰਗਾਂ ਨੂੰ ਲੈ ਕੇ ਲੱਗਿਆ, ਥੋੜ੍ਹਾ ਜਿਹਾ ਦੱਸੀਏ ਆਪਾਂ ਦਰਸ਼ਕਾਂ ਨੂੰ, ਕਿਉਂਕਿ ਭਗਵੰਤ ਮਾਨ ਦੇ ਨਾਲ ਜਿਹੜੀ ਮੀਟਿੰਗ ਹੋਈ ਸੀ, ਉਹਦੇ ਮੀਟਿੰਗ ਤੋਂ ਬਾਅਦ ਤਾਂ ਰੀਲਾਂ ਛੱਡਤੀਆਂ ਸੀ ਕਿਸਾਨਾਂ ਨੇ, ਅਤੇ ਹੁਣ ਇੱਕ ਇਹ ਜਿਹੜਾ ਪ੍ਰੋਗਰਾਮ ਜਿਹੜਾ ਕੀਤਾ ਹੈ, ਇਹ ਹੁਣ ਕਿਹੜੀਆਂ ਮੰਗਾਂ ਨੇ? ਪੰਜਾਬ ਸਰਕਾਰ ਦੇ ਖਿਲਾਫ ਹੈ, ਕੇਂਦਰ ਸਰਕਾਰ ਦੇ ਖਿਲਾਫ ਹੈ? ਆਪਾਂ ਦਰਸ਼ਕਾਂ ਨੂੰ ਥੋੜ੍ਹਾ ਜਿਹਾ ਦੱਸੀਏ ਜੀ। ਇਹ ਸੁਖਵਿੰਦਰ ਜੀ, ਦਰਅਸਲ ਇਹ ਪਹਿਲੇ ਮੋਰਚਾ ਜਿਹੜਾ ਲੱਗਿਆ ਸੀ 26 ਨਵੰਬਰ ਨੂੰ, ਇਹ ਉਹਦੀ ਉਹੀ ਕਿਸਮ ਦੇ ਨਾਲ ਐਨਵਰਸਰੀ ਹੈ, ਉਹਦੀ ਵਰੇਗੰਢ ਦੇ ਉੱਪਰ ਇਹਨੇ ਲਾਇਆ, ਕਿਉਂਕਿ ਜਿਹੜੇ ਉਸ ਟਾਈਮ ਸਮਝੌਤੇ ਸੈਂਟਰਲ ਗੌਰਮੈਂਟ ਨੇ ਕਰੇ ਸੀ, MSP ਵਗੈਰਾ ਦੇ, ਕੇਸ ਵਾਪਸ ਲੈਣ ਦੇ, ਸਾਰੇ ਜਿੰਨੇ ਵੀ ਹੋਏ ਸੀ, ਉਹ ਲਾਗੂ ਨਹੀਂ ਹੋਏ, ਤੇ ਕਿਸਾਨ ਨੇ ਜਿਹੜੇ ਉਹਨਾਂ ਦੇ ਲਈ ਸੈਂਟਰ ਦੇ ਖਿਲਾਫ਼ ਪ੍ਰੋਟੈਸਟ ਕਰ ਰਹੇ ਨੇ, ਸਟੇਟ ਗੌਰਮੈਂਟ ਦੇ ਖਿਲਾਫ਼ ਇਹ ਪ੍ਰੋਟੈਸਟ ਨਹੀਂ ਹੈ, ਉਹਨਾਂ ਨੇ ਬਿਲਕੁਲ ਸਪਸ਼ਟ ਕਰ ਦਿੱਤੀ ਹੈ ਗੱਲ।
ਸਟੇਟ ਗਵਰਨਮੈਂਟ ਨਾਲ ਜਿਹੜੀਆਂ ਸੰਬੰਧਿਤ ਮੰਗਾਂ ਸੀ, ਗੰਨੇ ਵਾਲੇ ਕਿਸਾਨ ਸੀ, ਉਹਨਾਂ ਦਾ ਸਮਝੌਤਾ ਸਰਕਾਰ ਨਾਲ ਹੋ ਗਿਆ ਸੀ। ਉਹਨਾਂ ਨੇ ਜਲੰਧਰ ਜਿਹੜਾ ਮਤਲਬ ਹਾਈਵੇ ਬੰਦ ਕੀਤਾ ਹੋਇਆ ਸੀ ਉਹ ਖੋਲ ਦਿੱਤਾ ਹੈ। ਇਹ ਚੰਡੀਗੜ੍ਹ ਦੇ ਵਿੱਚ ਉਹ 3 ਦਿਨਾਂ ਲਈ ਜਾ ਰਹੇ ਨੇ। ਕੱਲ ਉਹਨਾਂ ਨੇ ਮੇਨ ਮੀਟਿੰਗ ਕਰਕੇ ਜਿਹੜਾ ਪ੍ਰੋਗਰਾਮ ਹੈ ਨੈਸ਼ਨਲ ਪਰਸੋਂ ਦਾ, ਇਹ SKM ਵੱਲੋਂ ਹੈ, ਸੰਯੁਕਤ ਕਿਸਾਨ ਮੋਰਚਾ ਸੀ ਜਿਹੜਾ, ਉਹਦੀ ਕੱਲ ਮੀਟਿੰਗ ਹੋ ਰਹੀ ਹੈ। ਉਹਦੇ 'ਚ ਉਹ ਦੱਸਣਗੇ ਕਿ ਅਗਲੇ ਸਟੈਪ ਉਹ ਕੀ ਚੱਕਣਗੇ। ਪਰ ਇਹ ਹੈ ਕਿ ਮੇਨ ਸੈਂਟਰਲ ਗਵਰਨਮੈਂਟ ਦੇ ਖਿਲਾਫ ਹੈ। ਸੈਂਟਰਲ ਗਵਰਨਮੈਂਟ ਦਾ ਸਮਝੌਤਾ ਹੋਇਆ ਸੀ, ਉਹ ਮੰਗਾਂ ਮੰਨੀਆਂ ਹੋਈਆਂ ਲਾਗੂ ਨਾ ਕੀਤੇ ਜਾਣ ਦੇ ਖਿਲਾਫ ਹੈ। ਅਸਲ ਦੇ ਵਿੱਚ ਮੁੱਖ ਜਥੇਬੰਦੀਆਂ ਇਹਦੇ 'ਚ ਜਿਹੜੀਆਂ ਲੀਡ ਕਰ ਰਹੀਆਂ ਨੇ, ਉਹੀ 32 ਜਥੇਬੰਦੀਆਂ ਪੁਰਾਣੀਆਂ ਸੀ ਜਿਹੜੀਆਂ, ਉਹਨਾਂ 'ਚੋਂ SSM ਨਿਕਲ ਗਿਆ ਸੀ ਇੱਕ। ਇਹਦੇ ਵਿੱਚ ਗੁਰਾਹਾਂ ਜਥੇਬੰਦੀ ਹੈ, ਟਕੌਂਦਾ ਜਥੇਬੰਦੀ ਹੈ, ਤੇ ਲੱਖੋਵਾਲ ਦਾ ਜਿਹੜਾ ਗਰੁੱਪ ਹੈ, ਮਤਲਬ VKU ਲੱਖੋਵਾਲ ਹੈ ਜਿਹੜੀ, ਉਹ ਮੇਨ ਸਰਗਰਮ ਨੇ। ਤੇ ਹਜ਼ਾਰਾਂ ਲੱਖਾਂ ਦੀ ਗਿਣਤੀ 'ਚ ਕਿਸਾਨ ਪਹੁੰਚ ਗਏ ਨੇ ਚੰਡੀਗੜ੍ਹ ਦੇ ਵਿੱਚ। ਪਿਛਲੇ ਦਿਨੀ ਮਾਨ ਸਾਹਿਬ ਨੇ ਟਵੀਟ ਕਰਕੇ ਉਹਨਾਂ ਨੂੰ ਸਲਾਹ ਵੀ ਦਿੱਤੀ ਸੀ, ਉਹ ਸਲਾਹ ਉਹਨਾਂ ਨੇ ਉਹਨਾਂ ਦੀ ਨਹੀਂ ਮੰਨੀ। ਸੋ ਇਹ ਦੇਖੋ, ਪਰ ਪੰਜਾਬ ਗੌਰਮੈਂਟ ਨਾਲ ਡਾਇਰੈਕਟ ਤੌਰ 'ਤੇ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ। ਜਿਹੜੀ ਪੰਜਾਬ ਗੌਰਮੈਂਟ ਦੇ ਖਿਲਾਫ ਇਹ ਡਾਇਰੈਕਟ ਤੌਰ 'ਤੇ ਨਹੀਂ, ਕੇਂਦਰ ਸਰਕਾਰ ਦੇ ਖਿਲਾਫ ਆ। ਕੀ ਲੱਗਦਾ ਹੈ ਕਿ ਪਿਛਲੀ ਵਾਰ ਵੀ ਕਿਸਾਨ ਜਿਹੜੇ ਆ ਕੁਝ ਹੀ ਦਿਨਾਂ ਵਾਸਤੇ ਜਿਹੜੇ ਆ ਉਹ ਗਏ ਸੀਗੇ, ਪਰ ਉਸ ਤੋਂ ਬਾਅਦ ਜਦੋਂ ਕੇਂਦਰ ਨੇ ਬਹੁਤਾ ਸੀਰੀਅਸ ਨਾ ਲਿਆ ਕਿਸਾਨਾਂ ਨੂੰ, ਤਾਂ ਫਿਰ ਕਿਸਾਨਾਂ ਨੂੰ ਜਿਹੜਾ ਅੱਗੇ ਵਧਣਾ ਪੈ ਗਿਆ ਸੀਗਾ। ਡਾਕਟਰ ਸਾਹਿਬ ਕੀ ਲੱਗਦਾ ਹੈ ਕਿ ਇਸ ਵਾਰ ਪਿਛਲੀ ਵਾਰ ਵਾਲੀਆਂ ਸਾਰੀਆਂ ਚੀਜ਼ਾਂ ਦੇਖ ਕੇ ਕੇਂਦਰ ਕੁਝ ਮੰਗਾਂ ਮੰਨ ਲਏਗਾ ਇਹਨਾਂ ਦੀਆਂ, ਜਾਂ ਫਿਰ ਇੱਕ ਵਾਰ ਫਿਰ ਪਹਿਲਾਂ ਹੀ ਵਾਂਗੂ ਦਰਕਿਨਾਰ ਇਹਨਾਂ ਨੂੰ ਕੀਤਾ ਜਾਊਗਾ, ਅੱਖੋਂ ਪਰੋਖੇ ਕੀਤਾ ਜਾਊਗਾ, ਤਾਂ ਫਿਰ ਇੱਕ ਵਾਰ ਵੱਡਾ ਮੋਰਚਾ ਲੱਗ ਸਕਦਾ? ਹਾਲਾਂਕਿ ਚਾਂਸਿਸ ਘੱਟ ਨੇ, ਕਿਉਂਕਿ ਪਿਛਲੀ ਵਾਰ ਤਾਂ ਵੋਟਾਂ ਵੀ ਹੈ ਨਹੀਂ ਸੀਗੀਆਂ, ਇਤਕੀ ਵੋਟਾਂ ਵੀ ਨੇ 24 ਦੀਆਂ, ਮੋਦੀ ਨੇ ਸਰਕਾਰ ਵੀ ਹਰ ਹਾਲਤ ਦੇ ਵਿੱਚ ਬਣਾਉਣੀ ਹੈ, ਔਰ ਇੱਕ ਉਹਨਾਂ ਨੂੰ ਇਹ ਵੀ ਭਰਮ ਭੁਲੇਖਾ ਸੀਗਾ ਕਿ ਸ਼ਾਇਦ ਕਿਸਾਨ ਕੁਝ ਦਿਨ ਬੈਠਣਗੇ, ਠੰਡ ਨਹੀਂ ਦੇਖੀ ਜਾਣੀ ਇਹਨਾਂ ਤੋਂ, ਗਰਮੀ ਨਹੀਂ ਦੇਖੀ ਜਾਣੀ, ਇਹ ਮੁੜ ਜਾਣਗੇ। ਪਰ ਜਿਸ ਤਰੀਕੇ ਦੇ ਨਾਲ ਉੱਥੇ ਸਾਲ ਭਰ ਤੋਂ ਜ਼ਿਆਦਾ ਅੰਦੋਲਨ ਚੱਲਿਆ, ਰਾਸ਼ਨ ਪਾਣੀ, ਪਿੰਨੀਆਂ, ਦੁੱਧ ਉੱਥੇ ਪਹੁੰਚਦਾ ਰਿਹਾ ਸਾਰਾ ਕੁਝ, ਵੱਖ ਵੱਖ ਲੰਗਰ ਕੇਂਦਰ ਦੇ ਭੁਲੇਖੇ ਤਾਂ ਜਿਹੜੇ ਕੱਢ ਦਿੱਤੇ ਸੀ ਕਿਸਾਨਾਂ ਨੇ, ਤਾਂ ਹੁਣ ਲੱਗਦਾ ਕਿ ਇਹੋ ਜਿਹਾ ਫਿਰ ਜਿਹੜਾ ਸਿਸਟਮ ਮੁੱਲ ਲੈਣਾ ਚਾਹੂਗੀ ਕੇਂਦਰ ਦੀ ਸਰਕਾਰ, ਐਡਾ ਵੱਡਾ ਰਿਸਕ, ਕਿਉਂਕਿ ਵੋਟਾਂ ਆਉਣ ਵਾਲੀਆਂ ਨੇ। ਕਿਵੇਂ ਦੇਖਦੇ ਹੋ ਇਸ ਪੂਰੀ ਚੀਜ਼? ਬਿਲਕੁਲ ਜੀ, ਬਿਲਕੁਲ, ਮੇਰਾ ਨਹੀਂ ਖਿਆਲ ਕਿ ਸਰਕਾਰ ਕੋਈ ਪੰਗਾ ਲੈਣ ਦੀ ਕੋਸ਼ਿਸ਼ ਕਰੂਗੀ। ਪਰ ਕਿਉਂਕਿ ਕੱਲ ਨੂੰ ਉਹਨਾਂ ਨੇ ਪ੍ਰੋਗਰਾਮ ਅਸਲ 'ਚ ਡਿਕਲੇਅਰ ਕਰਨਾ ਹੈ ਆਪਣਾ, ਕੱਲ 27 ਦੀ ਉਹਨਾਂ ਨੇ ਮੀਟਿੰਗ ਰੱਖੀ ਹੋਈ ਹੈ ਕਿ ਅਗਲਾ ਪ੍ਰੋਗਰਾਮ ਡਿਕਲੇਅਰ ਕਰਨਗੇ। ਕੁਛ ਸਰਕਾਰ ਕੋਲ ਐਸਾ ਵੀ ਹੈ ਕਿ ਇਲੈਕਸ਼ਨਾਂ ਜ਼ਰੂਰ ਨੇ, ਪਰ ਸਰਕਾਰ ਕੋਲ ਬਹੁਤੀਆਂ ਪੋਸੀਬਿਲਿਟੀਜ਼ ਵੀ ਨਹੀਂ ਹਨ, ਕਿਉਂਕਿ MSP ਨੂੰ ਕਾਨੂੰਨ ਬਣਾਉਣਾ ਹੁਣ ਸਰਕਾਰ ਦੇ ਮੇਰਾ ਖਿਆਲ ਜ਼ਿਆਦਾ ਹੱਥ ਦੇ ਵਿੱਚ ਨਹੀਂ ਹੈ। ਸੈਸ਼ਨ ਹੋ ਚੁੱਕਿਆ, ਉਹ ਮੇਰਾ ਖਿਆਲ ਹੈ ਵੀ ਕਾਰਪੋਰੇਟ ਹਾਊਸਿਸ ਦਾ ਪ੍ਰੈਸ਼ਰ ਵੀ ਜ਼ਿਆਦਾ ਹੈ, ਸੋ ਉਹਨਾਂ ਤੋਂ ਵੀ ਪੈਸੇ ਲੈਣੇ ਨੇ। ਠੀਕ ਹੈ, ਕਿਸਾਨਾਂ ਤੋਂ ਡਰਨਗੇ, ਵੋਟਾਂ ਦਾ ਵੀ ਮਸਲਾ ਹੈਗਾ, ਪਰ ਇਹ ਹੈ ਕਿ ਫੰਡਿੰਗ ਵੀ ਉਧਰਲੇ ਪਾਸਿਓਂ ਹੋਣੀ ਹੈ। ਸੋ ਸਰਕਾਰਾਂ ਨੇ ਜਿਹੜੀਆਂ ਜਾਂ ਪੋਲੀਟੀਕਲ ਪਾਰਟੀਆਂ ਇਹਦੇ 'ਚ ਫਸੀਆਂ ਹੋਈਆਂ ਨੇ ਕਿਸਮ ਦੇ ਨਾਲ, ਪਰ ਇਹ ਹੈ ਕਿ ਕਿਸਾਨਾਂ ਦੇ ਵਿੱਚ ਜਿਹੜੀ ਬੇਚੈਨੀ ਹੈ, ਜਿਹੜੇ ਉਹਨਾਂ ਦਾ ਗਰਾਊਂਡ ਰਿਐਲਿਟੀ ਹੈ, ਜਿਹੜੀ ਉਹਨਾਂ ਦੀ ਕਰਜ਼ਈ ਹੋਏ ਹੋਏ ਨੇ, ਹੜ੍ਹਾਂ ਦੀ ਮਾਰ, ਹੋਰ ਮੁਆਵਜ਼ੇ ਨਹੀਂ ਮਿਲੇ ਹੋਏ, ਖੇਤੀ ਦੇ ਵਿੱਚ ਸੰਕਟ ਹੈ ਜਿਹੜਾ ਵੱਡਾ, ਉਹ ਕਿਸਾਨਾਂ ਨੂੰ ਵਾਰ ਵਾਰ ਧੱਕ ਰਿਹਾ ਹੈ ਕਿ ਉਹ ਸੰਘਰਸ਼ ਦੇ ਰਾਹ 'ਚ ਪੈਣ। ਪਰ ਸਰਕਾਰਾਂ ਨੇ ਜਿਹੜੀਆਂ ਉਹਨੀਆਂ ਸੰਵੇਦਨਸ਼ੀਲ ਜਾਂ ਉਹਨਾਂ ਦੀਆਂ ਮੰਗਾਂ ਪ੍ਰਤੀ ਉਸ ਤਰ੍ਹਾਂ ਦੀ ਹਮਦਰਦੀ ਨਹੀਂ ਰੱਖ ਰਹੀਆਂ। ਸੋ ਇਸ ਕਰਕੇ ਸਿਚੁਏਸ਼ਨ ਦੇ ਵਿੱਚ ਇਹ ਗੁੰਜਾਇਸ਼ ਪਈ ਹੈ ਕਿ ਇੱਕ ਵੱਡਾ ਮੋਰਚਾ ਸ਼ਾਇਦ ਹੋਰ ਆਉਣ ਵਾਲੇ ਸਮੇਂ 'ਚ ਲੱਗੇ, ਪਰ ਅਜੇ ਕੋਈ ਸੰਭਾਵਨਾ ਨਹੀਂ ਲੱਗਦੀ। ਬਿਲਕੁਲ ਬਿਲਕੁਲ। ਚਲੋ ਡਾਕਟਰ ਸਾਹਿਬ, ਆਪਾਂ ਅਗਲੀ ਖਬਰ ਵੀ ਜਿਹੜੀ ਆ ਉਹ ਲੈ ਲੈਂਦੇ ਹਾਂ। ਅਗਲੀ ਖਬਰ ਇਹ ਹੈ ਕਿ ਸੁਲਤਾਨਪੁਰ ਲੋਧੀ ਦੇ ਵਿੱਚ ਗੁਰਦੁਆਰਾ ਅਕਾਲ ਬੁੰਗਾ ਸਾਹਿਬ ਦੇ ਵਿੱਚ ਜੋ ਕੁਝ ਹੋਇਆ, ਆਪਾਂ ਲਗਾਤਾਰ ਆਪਣੇ ਚੈਨਲ ਦੇ ਉੱਪਰ ਗੱਲ ਕਰ ਰਹੇ ਹਾਂ, ਔਰ ਭਗਵੰਤ ਮਾਨ ਨੂੰ ਉਸ ਸਭ ਦੇ ਲਈ ਘੇਰਿਆ ਵੀ ਜਾ ਰਿਹਾ। ਇੱਕ ਘਟਨਾ ਇਹ ਸਾਹਮਣੇ ਆਈ ਸੀ ਕਿ ਉੱਥੇ ਪੱਤਰਕਾਰਾਂ ਦੇ ਵੱਲੋਂ ਜੋ ਕੁਝ ਉੱਥੇ ਹੋ ਰਿਹਾ ਸੀ ਕਵਰ ਕੀਤਾ ਜਾ ਰਿਹਾ ਸੀ, ਔਰ ਕਹਿੰਦੇ ਕਿ ਪੁਲਿਸ ਦੇ ਵੱਲੋਂ ਕੁਝ ਪੱਤਰਕਾਰਾਂ ਦੀ ਉੱਥੇ ਕੁੱਟਮਾਰ ਹੋਈ, ਕਈਆਂ ਦੇ ਅੰਗ ਪੈਰ ਵੀ ਜਿਹੜੇ ਟੁੱਟ ਗਏ ਆ, ਪੈਰ ਨਹੀਂ ਜਾਣੀ, ਕਹਿਣ ਦਾ ਭਾਵ ਹੱਥਾਂ ਦੀਆਂ ਉਂਗਲੀਆਂ, ਕਹਿੰਦੇ ਕਈਆਂ ਦੀਆਂ ਇੱਕ ਦੀ ਟੁੱਟ ਗਈਆਂ ਨੇ, ਔਰ ਉਹ ਸਭ ਦੇ ਵਿੱਚ ਹੁਣ ਕਹਿੰਦੇ ਪੁਲਿਸ ਦੇ ਉੱਪਰ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਅਕਾਲੀ ਦਲ ਦੇ ਵੱਲੋਂ, ਔਰ FIR ਦੀ ਮੰਗ ਕੀਤੀ ਜਾ ਰਹੀ ਹੈ। ਡਾਕਟਰ ਸਾਹਿਬ ਕਿਵੇਂ ਦੇਖਦੇ ਹੋ ਇਸ ਸਰਕਾਰ ਦੇ ਵਿੱਚ ਜਿੱਥੇ ਪੱਤਰਕਾਰਤਾ ਦੀ ਸੰਘੀ ਕੁੱਟੀ ਜਾ ਰਹੀ ਹੈ, ਉੱਥੇ ਕਵਰੇਜ ਕਰਨ ਗਏ ਪੱਤਰਕਾਰਾਂ ਨੂੰ ਵੀ ਜਿਹੜਾ ਉਹ ਕੁੱਟਿਆ ਜਾ ਰਿਹਾ, ਕਿਵੇਂ ਦੇਖਦੇ ਹੋ ਇਸ ਪੂਰੀ ਚੀਜ਼ ਨੂੰ? ਇਹ ਅਕਾਲੀ ਦਲ ਦਾ ਬਿਆਨ ਆਇਆ ਜੀ ਕਿ FIR ਦਰਜ ਕਰੋ। ਵੈਸੇ ਇਹ ਨਿੰਦਣਯੋਗ ਘਟਨਾ ਹੈ ਆਪਣੇ ਆਪ ਦੇ ਵਿੱਚ। ਆਪਾਂ ਪਹਿਲਾਂ ਵੀ ਦੇਖਿਆ ਕਿ ਸਰਕਾਰ ਨੇ ਜਦੋਂ ਅੰਮ੍ਰਿਤਪਾਲ ਵਾਲਾ ਇਸ਼ੂ ਹੋਇਆ ਸੀ ਉਦੋਂ ਵੀ ਕੁਛ, ਖਾਸ ਕਰਕੇ ਸੋਸ਼ਲ ਮੀਡੀਆ ਦੇ ਜਿਹੜੇ ਪੱਤਰਕਾਰ ਸੀ ਉਹਨਾਂ ਤੇ ਕਾਫੀ ਹਮਲੇ ਕੀਤੇ ਸੀ, ਪਰ ਉਹ ਬਾਅਦ 'ਚ ਫਿਰ ਰੌਲਾ ਪਿਆ ਤਾਂ ਉਹ ਵਾਪਸ ਲੈਣੇ ਪਏ, ਕੇਸ ਦਰਜ ਕਰ ਦਿੱਤੇ ਸੀ। ਇੱਥੇ ਵੀ ਹੈ ਸਰਕਾਰ ਦਾ ਜਿਹੜਾ ਅਸਲ 'ਚ, ਵੈਸੇ ਸਾਰੀਆਂ ਸਰਕਾਰਾਂ ਦਾ ਹੀ ਹੁੰਦਾ ਕਿ ਸੱਚ ਤੋਂ ਡਰਦੀਆਂ ਹੁੰਦੀਆਂ ਨੇ ਕਿ ਸੱਚ ਜਿਹੜਾ ਵੀ ਦਿਖਾਊਗਾ ਜਾਂ ਮਤਲਬ ਕੋਸ਼ਿਸ਼ ਕਰੂਗਾ ਉਹਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।
ਉੱਥੇ ਵੀ ਇਸ ਤਰੀਕੇ ਨਾਲ ਹੋਇਆ ਕਿ ਪੱਤਰਕਾਰਾਂ ਨਾਲ ਕੁੱਟਮਾਰ ਹੋਈ, ਕੈਮਰੇ ਕੁਮਰੇ ਤੋੜੇ ਗਏ, ਮਤਲਬ ਉਂਗਲੀਆਂ ਉਂਗਲੀਆਂ ਪੱਟੜ ਕੀਤਾ ਗਿਆ ਉਹਨਾਂ ਨੂੰ, ਪਰ ਉਹਦੇ 'ਤੇ ਕੋਈ ਕਾਰਵਾਈ ਨਹੀਂ ਹੈ। ਮਤਲਬ ਇੰਟਰਸਟਿੰਗ ਗੱਲ ਇਹੀ ਹੈ ਕਿ ਜਿਹੜੀ ਅਕਾਲੀ ਦਲ ਵੀ ਜਿਹੜਾ ਮਸਲਾ ਚੱਕ ਰਿਹਾ ਹੈ, ਉਹ ਕਹਿ ਰਹੇ ਨੇ ਕਿ ਜੀ ਪੁਲਿਸ ਨੂੰ ਜਿਹੜੀ ਸ਼ੈਅ ਹੈ ਉਹ ਬਿਲਕੁਲ ਟੌਪ ਤੋਂ ਹੋਮ ਮਿਨਿਸਟਰੀ ਜਾਂ ਚੀਫ ਮਿਨਿਸਟਰ ਤੋਂ ਮਿਲ ਰਹੀ ਹੈ, ਅਸਲ ਵਿੱਚ ਇਸ ਕਰਕੇ ਉਹ ਬਿਲਕੁਲ ਬੇਪਰਵਾਹ ਹੋ ਕੇ ਆਪਣੇ ਐਕਸ਼ਨ ਇਹ ਕਰ ਰਹੇ ਨੇ। ਇਸੇ ਤਰ੍ਹਾਂ ਪਹਿਲਾਂ ਹੀ ਮਤਲਬ ਗੋਲੀ ਚਲਾਉਣ ਦਾ ਜਾਂ ਗੋਲੀ ਦਾ ਕਾਰਨ ਬਣਨ ਦਾ ਵੀ ਇੱਕ ਮਤਲਬ ਮਸਲਾ ਉੱਠਿਆ ਸੀ, ਪਰ ਇਹ ਵੀ ਸਰਕਾਰ ਕੋਈ ਖਾਸ ਪਰਵਾਹ ਨਹੀਂ ਕਰ ਰਹੀ ਇਸ ਗੱਲ ਦੀ। ਤੇ ਉਹ ਮੇਰਾ ਖਿਆਲ ਇਹ ਹੈ ਵੀ ਉਹ ਜਿਸ ਤਰ੍ਹਾਂ ਖਬਰਾਂ ਦੇ ਵਿੱਚ ਹੁੰਦਾ, ਜਿਵੇਂ ਅੱਜ ਤੁਸੀਂ ਦੇਖੋਗੇ ਵੀ ਜਿਹੜਾ ਸਰਕਾਰ ਪੱਖੀ ਮੀਡੀਆ ਵਿੱਚ ਕਿਸਾਨਾਂ ਦੇ ਕਿਤੇ ਕੋਈ ਜ਼ਿਕਰ ਹੀ ਨਹੀਂ ਹੈ ਖਾਸ, ਤੇ ਇਸੇ ਤਰੀਕੇ ਦੇ ਨਾਲ ਇੱਕ ਦਿਨ ਦੀ ਘਟਨਾ ਬਣਾ ਕੇ ਉਹ ਸੁਲਤਾਨਪੁਰ ਲੋਧੀ ਦਾ ਵੀ ਕੇਸ ਖਤਮ ਕੀਤਾ ਜਾ ਰਿਹਾ ਹੈ। ਪਰ ਇਹ ਬੜੀ ਮਾੜੀ ਗੱਲ ਹੈ ਕਿ ਮੀਡੀਆ ਦੇ ਨਾਲ, ਜਰਨਲਿਸਟਾਂ ਦੇ ਨਾਲ ਜਾਂ ਜਿਹੜੇ ਉਹਨਾਂ ਦੇ ਪੱਖ ਦੇ ਨਹੀਂ ਹਨ ਉਹਨਾਂ ਨਾਲ ਇਸ ਤਰ੍ਹਾਂ ਦਾ ਧੱਕਾ ਕਰਨਾ, ਇਹ ਸਰਕਾਰ ਨੂੰ ਇਹਦਾ ਲੌਂਗ ਰਨ ਬਹੁਤ ਕਾਉਂਟਰ ਪ੍ਰੋਡਕਟਿਵ ਹੋਊਗਾ। ਸੋ ਉਹਨਾਂ ਦੀ ਤਾਂ ਪ੍ਰੋਟੈਕਸ਼ਨ ਰੱਖਣੀ ਚਾਹੀਦੀ ਹੈ, ਕਿਉਂਕਿ ਜਿਹੜਾ ਵੀ ਇੱਕ ਪ੍ਰੈਸ ਦਾ ਇੱਕ ਰੋਲ ਨਿਊਟਰਲ ਹੁੰਦਾ ਹੈ, ਮਤਲਬ ਠੀਕ ਹੈ ਕਿ ਉਹ ਸੱਚ ਦਿਖਾਉਂਦੇ ਨੇ, ਜੇ ਤੁਹਾਨੂੰ ਨਹੀਂ ਵੀ ਉਹ ਪਾਉਂਦਾ ਤਾਂ ਤੁਸੀਂ ਉਹਦਾ ਜਵਾਬ ਦੇ ਦਿਓ, ਇਹ ਠੀਕ ਹੀ ਕਰਦਾ। ਮਤਲਬ ਉਹਨਾਂ ਨਾਲ ਕੁੱਟਮਾਰ ਕਰਨੀ ਤਾਂ ਬਹੁਤ ਗਲਤ ਗੱਲ। ਬਿਲਕੁਲ ਬਿਲਕੁਲ, ਇਹ ਬਣਦੀ ਕਾਰਵਾਈ ਜਿਹੜੀ ਹੈ ਦੋਸ਼ੀਆਂ ਤੇ ਕੀਤੀ ਜਾਣੀ ਚਾਹੀਦੀ ਹੈ। ਚਲੋ ਡਾਕਟਰ ਸਾਹਿਬ, ਤੁਸੀਂ ਸਾਡੇ ਨਾਲ ਪ੍ਰੋਗਰਾਮ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਸੁਖਵਿੰਦਰ ਜੀ, ਸਰੋਤਿਆਂ ਦਾ ਵੀ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ। ਤਾਂ ਇਹ ਸਨ ਡਾਕਟਰ ਹਰਵਿੰਦਰ ਸਿੰਘ ਭੱਟੀ ਸਾਹਿਬ, ਜਿਨ੍ਹਾਂ ਦੇ ਵੱਲੋਂ ਇਹਨਾਂ ਅਹਿਮ ਖਬਰਾਂ 'ਤੇ ਸਾਡੇ ਨਾਲ ਗੱਲਬਾਤ ਕੀਤੀ ਗਈ ਹੈ, ਔਰ ਉਮੀਦ ਕਰਦੇ ਹਾਂ ਕਿ ਸਰ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋਊ। ਦੁਬਾਰਾ ਫਿਰ ਮਿਲਾਂਗੇ, ਧੰਨਵਾਦ।